ਬਾਰਿਸ਼ ਤੋਂ ਬਾਅਦ ਜਿਹੜੇ ਹਾਲਾਤ ਬਣੇ ਨੇ ਉਹ ਬੇਹੱਦ ਖਤਰਨਾਕ ਨੇ। ਤੁਹਾਨੂੰ ਹਾਲਾਤ ਦਿਖਾ ਦਈਏ ਕਿ ਇਹ ਜਿਹੜੇ SCBC ਭਾਈਚਾਰੇ ਦਾ ਇੱਕ ਵਾਰਡ ਹੈਗਾ ਪਿੰਡ ਦਾ, ਇਹ ਵਾਲਮੀਕ ਬਸਤੀ ਹੈ ਅਤੇ ਉੱਥੇ ਤੁਸੀਂ ਦੇਖੋ ਕਿ ਲੋਕਾਂ ਦੇ ਘਰਾਂ ਦੇ ਵਿੱਚ ਅੰਬਾਲਾ ਸਾਈਡ ਤੋਂ ਜਿਹੜਾ ਪਾਣੀ ਆ ਰਿਹਾ ਉਹ ਇੱਕ ਇੱਕ ਫੁੱਟ ਤੱਕ ਅੱਗੇ ਚਲਾ ਗਿਆ। ਪਿੰਡ ਵਾਲੇ ਮੌਜੂਦ ਨੇ, ਉਹਨਾਂ ਨਾਲ ਗੱਲ ਕਰ ਲਵਾਂਗੇ, ਪਰ ਪਹਿਲਾਂ ਤੁਹਾਨੂੰ ਹਾਲਾਤ ਦਿਖਾ ਦਿੰਦੇ ਹਾਂ ਕਿ ਕਿਸ ਤਰ੍ਹਾਂ ਲੋਕ ਘਰਾਂ ਤੋਂ ਬਾਹਰ ਆ ਕੇ ਖੜ੍ਹੇ ਨੇ, ਕਿਉਂਕਿ ਘਰਾਂ ਦੇ ਵਿੱਚ ਪਾਣੀ ਹੈ। ਬੇਹੱਦ ਗਰੀਬ ਲੋਕ ਨੇ ਗੇ, ਦਿਹਾੜੀ ਮਜ਼ਦੂਰੀ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਰਹਿ ਰਹੇ ਨੇ। ਸਮਾਨ ਹੈ ਜਿਹੜਾ ਕਾਫੀ ਇਹਨਾਂ ਨੇ ਬਾਹਰ ਵੀ ਕੱਢ ਲਿਆ ਅਤੇ ਦੂਜੇ ਪਾਸੇ ਇਹ ਪਿੱਛੇ ਜਿਹੜੇ ਹਾਲਾਤ ਹੈ, ਇੱਕ ਬਜ਼ੁਰਗ ਮਾਤਾ ਸਾਨੂੰ ਹੁਣੀ ਮਿਲੇ ਸੀ, ਉਹਨਾਂ ਦਾ ਘਰ ਦਾ ਤੁਸੀਂ ਦੇਖੋ ਕਿ ਜਿਹੜੇ ਮੰਜੇ ਵਗੈਰਾ ਨੇ, ਬਿਸਤਰੇ ਨੇ ਸਾਰੇ ਡੁੱਬ ਚੁੱਕੇ ਨੇ, ਸਿਰਫ ਇੱਕ ਕਮਰਾ ਅਤੇ ਇਹ ਬਜ਼ੁਰਗ ਮਾਤਾ ਦਾ ਘਰ ਹੈ। ਉਹਨਾਂ ਨਾਲ ਇੱਕ ਵਾਰੀ ਗੱਲ ਕਰ ਲੈਂਦੇ ਹਾਂ ਜਿਹੜੇ ਆਪਣੇ ਘਰ ਦੇ ਵਿੱਚ ਆ ਰਹੇ ਨੇ। ਮਾਤਾ ਜੀ ਇੱਧਰ ਆਇਓ। ਹਾਲਾਤ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਪਿੱਛੇ ਇੱਕ ਚੋਹਾ ਆ ਰਿਹਾ ਹਰਿਆਣਾ ਸਾਈਡ ਤੋਂ, ਉਹਦੇ ਕਰਕੇ ਪੂਰੇ ਪਾਣੀ ਦੀ ਮਾਰ ਹੋ ਰਹੀ ਹੈ। ਮਾਤਾ ਜੀ ਕਿੰਨੇ ਕੁ ਮਾੜੇ ਹਾਲਾਤ ਨੇ, ਕਿਵੇਂ? ਬਹੁਤ ਜ਼ਿਆਦਾ ਜੀ ਮਾੜੇ ਹਾਲਾਤ, ਬਹੁਤ ਜ਼ਿਆਦਾ ਬੁਰਾ ਹਾਲ ਹੋ ਰਿਹਾ ਜੀ। ਮਰਦ ਡੁੱਬੇ ਬੈਠੇ ਆ ਪਾਣੀ ਮਾ, ਬਹੁਤ ਜ਼ਿਆਦਾ ਡੁੱਬੇ ਬੈਠੇ। ਕਮਰਾ ਤੁਹਾਡਾ? ਹਾਂ ਜੀ ਉਹੀ ਕਮਰਾ ਮੇਰਾ ਇੱਕ। ਪਾਣੀ ਕਦੋਂ ਆਇਆ ਜੀ? ਪਾਣੀ ਕੱਲ੍ਹ ਕਾ ਬਹੁਤ ਹੈ ਰਿਹਾ, ਰਾਤ ਦੇਖੀ ਤਾਂ ਬੁਰਾ ਹਾਲ ਹੋ ਰਿਹਾ ਵੀ ਪਾਣੀ ਕਾ ਬਹੁਤ ਜ਼ਿਆਦਾ। ਹਾਂ ਜੀ ਦੇਖ ਲਿਓ, ਮੇਰਾ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਆ। ਮੇਰੀ ਕੰਮ ਕਾਰ ਕੀ ਕਰਦੇ ਨੇ ਘਰ 'ਚ ਤੁਹਾਡੇ, ਕੌਣ ਕੌਣ? ਨਾ ਜੀ ਮੇਰੇ ਘਰ ਵਾਲੇ ਕਿਤੇ ਲੱਤ ਟੁੱਟੀ ਹੋਈ ਆ, ਮੁੰਡਾ ਮੇਰਾ ਦਿਹਾੜੀ ਮਿਹਨਤ ਕਰਾ, ਇਹ ਆਪਣਾ ਵੀ ਅੱਜ ਗਿਆ ਨਹੀਂ ਹੈ ਦਿਹਾੜੀ ਦੂੜੀ 'ਤੇ। ਇਹ ਜਿਹੜਾ ਨੁਕਸਾਨ ਵਗੈਰਾ ਹੋਇਆ ਪਿਛਲੇ ਸਾਲ ਦਾ ਹੋਇਆ, ਇੱਟਾਂ ਵਗੈਰਾ ਪਿਛਲੇ ਸਾਲ ਕਾਇਓ ਇਹੀ ਵੀ ਹੋ ਗਿਆ ਦੁਬਾਰਾ ਗੁਜ਼ਾਰਾ ਕਰਦਾ। ਹੋਰ ਪਿੰਡ ਵਾਲੇ ਮੌਜੂਦ ਨੇ, ਉਹਨਾਂ ਨਾਲ ਇੱਕ ਵਾਰੀ ਗੱਲ ਕਰ ਲੈਂਦੇ ਆ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ। ਵੀਰ ਜੀ ਕੀ ਨਾਮ ਆ? ਕੁਲਦੀਪ ਸਿੰਘ। ਕੁਲਦੀਪ, ਕਿਵੇਂ ਪਾਣੀ ਦੀ ਮਾਰ ਪੈਣੀ? ਬਹੁਤ ਜ਼ਿਆਦਾ ਹੈ ਜੀ, ਬਹੁਤ ਬੁਰਾ ਹਾਲ ਪਾਣੀ ਕਿਹਾ ਜੀ। ਪਿਛਲੇ ਸਾਲ ਬਹੁਤ ਨੁਕਸਾਨ ਹੋਇਆ ਸਾਡਾ ਜੀ, ਠੀਕ ਹੈ ਜੀ। ਹੁਣ ਫਿਰ ਸਾਡੇ ਘਰ ਪਾਣੀ ਆ ਗਿਆ ਜੀ, ਮਾਤਾ ਘਰ ਸਾਡੇ ਜੀ, ਠੀਕ ਹੈ। ਸਵੇਰ ਤੋਂ ਕੱਲ ਰਾਤ ਤੋਂ ਆਇਆ ਜੀ ਪਾਣੀ? ਹਾਂਜੀ ਘਟਿਆ ਨਹੀਂ ਹੈਗਾ? ਘਟਿਆ ਨਹੀਂ ਹੈਗਾ ਜੀ, ਪਾਣੀ ਪਾਣੀ ਦੇ ਵਧਣ ਦੇ ਹਾਲਾਤ ਪੂਰੇ ਹੈ ਜੀ। ਅੱਗੇ ਦੀ ਜੇ ਗੱਲ ਕਰੀਏ, ਜਿਸ ਤਰ੍ਹਾਂ ਮਹੱਲੇ 'ਚ ਅੱਗੇ ਪਾਣੀ ਗਿਆ ਹੋਇਆ ਅਤੇ ਹੋਰ ਜਿਹੜੇ ਕਈ ਪਿੰਡ ਨੇ ਉਹਨਾਂ 'ਚ ਵੀ ਪਾਣੀ ਜਾ ਰਿਹਾ? ਪਾਣੀ ਹੈ, ਤੁਹਾਨੂੰ ਦਿਖਾ ਦਿੰਦੇ ਹਾਂ, ਚਲੋ ਜੀ ਸਾਡੇ ਨਾਲ। ਕਿਹੜੇ ਪਿੰਡ ਦੇ ਹੋਰ? ਹਾਂ ਬਿਲਕੁਲ, ਤੁਸੀਂ ਦੇਖੋ ਕਿ ਜਿਹੜੇ ਇਸ ਮਹੱਲੇ ਵਾਲੇ ਨੇ ਪਾਣੀ ਦੇ ਹਾਲਾਤਾਂ ਬਾਰੇ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਪਾਣੀ ਹੈ ਉਹ ਚਲਾ ਗਿਆ, ਪਾਣੀ ਘਰਾਂ ਦੇ ਵਿੱਚ ਚਲਾ ਗਿਆ ਅਤੇ ਦੂਜੇ ਪਾਸੇ ਜਿਹੜੀਆਂ ਬਿਜਲੀ ਦੀਆਂ ਤਾਰਾਂ ਨੇ, ਬਿਜਲੀ ਦੀਆਂ ਤਾਰਾਂ ਤੁਸੀਂ ਇੱਕ ਵਾਰੀ ਤੁਹਾਨੂੰ ਮੈਂ ਦਿਖਾ ਦਿਆਂ ਕਿ ਇਹ ਬਿਜਲੀ ਦੀਆਂ ਤਾਰਾਂ ਨੇ ਜਿਨ੍ਹਾਂ ਦਾ ਹੱਥ ਹੈ ਜਿਹੜਾ, ਜੇ ਮੈਂ ਹੱਥ ਲਗਾ ਕੇ ਦੇਖਾਂ ਤਾਂ ਤਾਰਾਂ ਮੇਰੇ ਹੱਥ ਤੋਂ ਨੀਵੀਆਂ ਨੇ ਅਤੇ ਇੱਥੇ ਛੋਟੇ ਛੋਟੇ ਜਿਹੜੇ ਬੱਚੇ ਨੇ ਉਹ ਵੀ ਘੁੰਮਦੇ ਨੇ ਕਿ ਕੰਧਾਂ 'ਚ ਵੀ ਕਰੰਟ ਆ ਸਕਦਾ। ਹਜੇ ਦੱਸਿਆ ਕਹਿੰਦੇ ਜੀ ਬਿਜਲੀ ਬੰਦ ਕੀਤੀ ਗਈ ਹੈ। ਸੋ ਇਹ ਜਿਹੜਾ ਹਾਲ ਹੈ ਸਿਰਫ ਇੱਕ ਇਸ ਮੁਹੱਲੇ ਦਾ ਨਹੀਂ ਹੈਗਾ, ਇਸ ਪੂਰੇ ਪਿੰਡ ਦਾ, ਜਿਸ ਤਰ੍ਹਾਂ ਕਿ ਮੈਨੂੰ ਕਹਿ ਰਹੇ ਸੀ ਕਹਿੰਦੇ ਜੀ ਅੱਗੇ ਵੀ ਕਈ ਪਿੰਡ ਨੇ। ਕੁਲਦੀਪ ਅੱਗੇ ਕਿਸ ਤਰ੍ਹਾਂ ਦਾ ਹਾਲਾਤ? ਅੱਗੇ ਬਹੁਤ ਬੁਰਾ ਹਾਲ ਹੈ ਜੀ, ਠੀਕ ਹੈ ਜੀ। ਊਂਟਸਰ ਪਿੰਡ? ਊਂਟਸਰ ਪਿੰਡ ਹੈ ਜੀ, ਜੰਡ ਮਘੌਲੀ ਹੈ ਜੀ, ਇਹ ਮਾਰੀਅਰ ਪਾਲਾ ਹੈ ਜੀ, ਠੀਕ ਹੈ ਜੀ। ਇਹ ਸਾਡਾ ਪਿੰਡ ਲੋਹ ਸਿੰਬਲੀ ਹੈ ਜੀ, ਸਾਰੇ ਪਿੰਡਾਂ 'ਚ ਇਹ ਪਾਣੀ ਬਰਸਾਤ ਕਰਕੇ ਇੱਧਰ ਬਰਸਾਤ ਕਾਰਨ ਜੀ ਅੰਬਾਲੇ ਸ਼ਹਿਰ ਤੋਂ ਪਾਣੀ ਆਉਂਦਾ ਜੀ। ਤੇ ਇੱਧਰ ਘੱਗਰ ਵੀ ਅੱਗੇ? ਘੱਗਰ ਹੈਗਾ ਜੀ। ਘੱਗਰ ਦੇ ਕੀ ਹਾਲਾਤ ਨੇ? ਘੱਗਰ ਦਾ ਬਹੁਤ ਬੁਰਾ ਹਾਲ ਹੈ ਜੀ, ਹਾਂਜੀ ਉੱਧਰ ਹੀ ਬਹੁਤ ਪਾਣੀ ਹੈ ਜੀ। ਅਸਲ ਤੁਸੀਂ ਦੇਖੋ ਕਿ ਜਿਹੜੇ ਇਹ ਮੁਹੱਲੇ ਵਾਲੇ ਨੇ, ਮੁੰਡਾ ਕੁਲਦੀਪ ਆ, ਉਹਨੇ ਦੱਸਿਆ ਕਿ ਜੀ ਘੱਗਰ ਦਰਿਆ ਬਿਲਕੁਲ ਨਾਲ ਲੰਘਦਾ ਅਤੇ ਉਹ ਵੀ ਕਈ ਥਾਂ ਤੋਂ ਟੁੱਟਿਆ ਅਤੇ ਉਹਦਾ ਪਾਣੀ ਹੈਗਾ ਜਿਹੜਾ ਉਹ ਵੀ ਇੱਧਰ ਨੂੰ ਮਾਰ ਕਰ ਰਿਹਾ ਹੈਗਾ। ਮੈਂ ਇੱਕ ਵਾਰੀ ਫਿਰ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਇਸ ਮੁਹੱਲੇ ਦੇ ਵਿੱਚ ਲੋਕਾਂ ਨੇ ਇਹੀ ਗੱਲ ਕਹੀ ਹੈ ਕਿ ਅਸੀਂ ਜਿੱਥੇ ਰਹਿ ਰਹੇ ਹਾਂ ਉਹ ਬੇਹੱਦ ਗਰੀਬ ਲੋਕਾਂ ਦਾ ਮੁਹੱਲਾ ਹੈ,
ਹਰ ਵਾਰੀ ਅਫਸਰ ਇੱਥੇ ਆਉਂਦੇ ਨੇ ਜੋ ਕੋਈ ਵੱਡੀ ਘਟਨਾ ਵਾਪਰਦੀ ਹੈ। ਪਿਛਲੀ ਵਾਰੀ ਵੀ ਜਦੋਂ ਹੜ੍ਹ ਆਏ ਸੀ ਤਾਂ ਲੋਕਾਂ ਨਾਲੇ ਵਾਅਦਾ ਕੀਤਾ ਗਿਆ ਸੀ ਕਿ ਤੁਹਾਡੀ ਮਦਦ ਹੋਊਗੀ। ਕੀ ਨਾਮ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜਗਤਾਰ ਸਿੰਘ ਹੈ ਜੀ। ਜਗਤਾਰ, ਪਿਛਲੇ ਸਾਲ ਤੇ ਦੇਖ ਕੇ ਐਤਕੀ ਡਰ ਲੱਗ ਰਿਹਾ? ਬਹੁਤ ਜ਼ਿਆਦਾ ਡਰ ਹੈ ਜੀ, ਹੁਣ ਵੀ ਬਹੁਤ ਜ਼ਿਆਦਾ ਡਰ ਹੈ ਸਾਨੂੰ, ਕਿਉਂਕਿ ਪਿਛਲੇ ਵਾਰੀ ਵੀ ਨਾ ਬਹੁਤ ਜ਼ਿਆਦਾ ਨੁਕਸਾਨ ਸੀਗਾ ਜੀ। ਕੋਈ ਮੁਆਵਜ਼ਾ ਮਿਲਿਆ? ਕੋਈ ਮੁਆਵਜ਼ਾ ਨਹੀਂ, ਕੋਈ ਪੁੱਛਦਾ ਨਹੀਂ ਹੈਗਾ ਜੀ, ਕੋਈ ਪੁੱਛਦਾ ਵੀ ਨਹੀਂ ਹੈਗਾ, ਕਿਸੇ ਨੇ ਵੀ ਨਹੀਂ ਪੁੱਛਿਆ ਸਾਨੂੰ। ਕੋਈ ਆਗੂ ਆਇਆ ਹੋਵੇ? ਕੋਈ ਵੀ ਆਗੂ ਨਹੀਂ ਆਉਂਦਾ ਜੀ, ਕੋਈ ਵੀ ਨਹੀਂ ਹੈਗਾ ਜੀ। ਹਾਂਜੀ, ਕਿਉਂਕਿ MLA ਵੀ ਬਣਿਆ ਨੂੰ ਨਾ 3 ਸਾਲ ਹੋ ਗਏ ਜੀ, ਗੁਰਲਾਲ ਨੂੰ ਜੀ, ਪਰ ਉਹਨਾਂ ਨੇ ਆਣ ਕੇ ਕਦੇ ਪੁੱਛਿਆ ਵੀ ਨਹੀਂ ਆਣ ਕੇ ਵੀ ਗਰੀਬਾਂ ਦਾ ਕੀ ਹਾਲ ਹੈ ਕੀ ਨਹੀਂ, ਕੋਈ ਨਹੀਂ ਪੁੱਛਦਾ ਵੀਰੇ। ਹਾਂਜੀ, ਪਾਣੀ ਬਹੁਤ ਜ਼ਿਆਦਾ ਜੀ। ਅੱਛਾ, ਤੁਸੀਂ ਦੇਖੋ ਇਹ ਜਗਤਾਰ ਸਿੰਘ ਨੇ ਗੇ ਜਿਹੜੇ ਇੱਥੇ ਦੀ ਰਹਿਣ ਵਾਲੇ, ਉਹਨਾਂ ਨੇ ਕਿਹਾ ਜੀ ਗਰੀਬਾਂ ਨੂੰ ਕੋਈ ਨਹੀਂ ਪੁੱਛਦਾ, ਹੁਣੇ ਜਿਹੜਾ ਪਾਣੀ ਹੈ 2-3 ਘੰਟੇ ਤੋਂ ਕਾਫੀ ਵੱਧ ਰਿਹਾ, ਅਤੇ ਇਸ ਨੂੰ ਲੈ ਕੇ ਜਿਹੜੇ ਮੁਹੱਲੇ ਵਾਲੇ ਲੋਕ ਨੇ, ਇਸ ਪਿੰਡ ਦੇ ਲੋਕ ਨੇ, ਉਹਨਾਂ ਦੇ ਮਨ 'ਚ ਇਹੀ ਗੱਲ ਨੂੰ ਖੌਫ ਹੈ ਕਿ ਬਚਾਉਣ ਤਾਂ ਕਿਸੇ ਨੇ ਆਉਣਾ ਨਹੀਂ, ਇਸ ਕਰਕੇ ਜੋ ਨਿੱਕ ਸੁੱਕ ਹੈ ਉਹਨੂੰ ਬਚਾਇਆ ਜਾਵੇ, ਸਮੇਟਿਆ ਜਾਵੇ, ਤਾਂ ਜੋ ਪਿਛਲੇ ਹਾਲ ਸੀ ਜਿਹੜਾ ਪਿਛਲੇ ਸਾਲ ਹੜ੍ਹਾਂ ਨਾਲ ਜੋ ਤਬਾਹੀ ਹੋਈ ਸੀ ਉਸ ਨੂੰ ਦੁਬਾਰਾ ਨਾ ਝੱਲਣਾ ਪਵੇ।